ਪ੍ਰੈਕਟਿਸ ਸ਼ੀਟ ਨੰਬਰ 13 ਕੰਪ੍ਰੀਹੈਂਸਿਵ ਰੈਮੇਡੀਅਲ ਪ੍ਰੈਕਟਿਸ ਸ਼ੀਟ ਕਰਨ ਲਈ ਇਹਦੇ ਚ ਦੋ ਟੌਪਿਕਸ ਕਵਰ ਕੀਤੇ। ਪਹਿਲਾ ਟੌਪਿਕ ਹੈਗਾ ਆਪਣੇ ਕੋਲ ਕੋਂਗਰੂਐਂਟ ਟ੍ਰਾਇੰਗਲਸ। ਕੋਂਗਰੂਐਂਟ ਟ੍ਰਾਇੰਗਲਸ ਮਤਲਬ ਇੱਕ ਤ੍ਰਿਭੁਜ ਦੇ ਉੱਪਰ ਜਦੋਂ ਪੂਰੀ ਤਰ੍ਹਾਂ ਦੂਜਾ ਤ੍ਰਿਭੁਜ ਰੱਖ ਲਿੱਤਾ ਜਾਵੇ, ਜਿਵੇਂ ਆ ਮੇਰੇ ਦੋ ਹੱਥ। ਹੁਣ ਜਦੋਂ ਇੱਕ ਹੱਥ ਦੇ ਉੱਪਰ ਮੈਂ ਦੂਜਾ ਹੱਥ ਰੱਖਦੀ ਹਾਂ ਤਾਂ ਥੱਲੜਾ ਹੱਥ ਦਿਖਦਾ ਨਹੀਂ, ਪਰ ਇਹ ਵੀ ਨਹੀਂ ਕਿ ਥੱਲੜਾ ਹੱਥ ਛੋਟਾ। ਜੇ ਛੋਟੀ ਚੀਜ਼ ਦੇ ਉੱਪਰ ਵੱਡੀ ਰੱਖੂਗੀ ਤਾਂ ਪਤਾ ਹੀ ਹੈ ਕਿ ਥੱਲੜੀ ਲੁਕ ਜੂਗੀ, ਪਰ ਇਹ ਦੋਵੇਂ ਹੱਥ ਬਰਾਬਰ ਸਾਈਜ਼ ਦੇ ਆ ਨਾ, ਬਰਾਬਰ ਮਾਪ ਦੇ ਆ ਨਾ, ਤਾਂ ਇਸ ਕਰਕੇ ਇੱਕ ਦੇ ਉੱਪਰ ਜਦੋਂ ਦੂਜਾ ਰੱਖਿਆ ਹੋਵੇ ਤਾਂ ਥੱਲੜੀ ਨਾ ਦਿਖੇ ਚੀਜ਼, ਪਰ ਥੱਲੜੇ ਦਾ ਮਾਪ ਛੋਟਾ ਨਾ ਹੋਵੇ, ਬਿਲਕੁਲ ਬਰਾਬਰ ਹੋਵੇ, ਉਹਨੂੰ ਕੋਂਗਰੂਐਂਟ ਕਹਿੰਦੇ ਆ। ਇੱਥੇ ਮੇਰੇ ਹੱਥ ਕੋਂਗਰੂਐਂਟ ਹੈ ਸਰਬੰਸਮ। ਆਪਾਂ ਗੱਲ ਕਰਨੀ ਹੈ ਤ੍ਰਿਭੁਜਾਂ ਦੀ। ਦੂਜਾ ਜਿਹੜਾ ਟੌਪਿਕ ਕਰਨਾ, ਜਿਹੜੇ ਆਪਾਂ ਪਿਛਲੀਆਂ 12 ਸ਼ੀਟਾਂ ਵਿੱਚ ਟੌਪਿਕਸ ਕੀਤੇ ਆ ਉਹ ਸਾਰੀਆਂ ਦੇ ਚ ਰਿਪੀਟ ਹੋ ਰਹੇ, ਠੀਕ ਹੈ ਜੀ। ਯਾਨੀ ਕਿ ਕੁਛ ਚੀਜ਼ ਨਵੀਂ ਹੈ, ਕੁਛ ਤੁਹਾਡੇ ਲਈ ਰਿਵੀਜ਼ਨ। ਸਮਝ ਲੱਗ ਗਈ। ਪਹਿਲਾ ਕੁਐਸਚਨ ਜਿਹੜਾ ਹੈਗਾ ਕੋਂਗਰੂਐਂਸੀ ਆਫ ਟ੍ਰਾਇੰਗਲਸ ਨਾਲ ਰਿਲੇਟਿਡ ਕਿਵੇਂ ਹੈ। ਦੇਖੋ ਕਹਿੰਦਾ ਇਸ ਆਕ੍ਰਿਤੀ ਵਿੱਚ ਆ ਭੁਜਾਵਾਂ ਦਿੱਤੀਆਂ ਹੋਈਆਂ, ਇਸ ਭੁਜਾ ਨੂੰ a ਸੈਂਟੀਮੀਟਰ ਕਿਹਾ, ਇਹਨੂੰ ਵੀ a ਕਿਹਾ, ਇਹਨੂੰ b ਕਿਹਾ, ਤੇ ਇਹਨੂੰ ਵੀ ਕੀ ਕਿਹਾ, b। ਹੁਣ ਉਹਨੇ ਕਿਹਾ ਦੱਸੋ ਇਹ ਦੋਵੇਂ ਤ੍ਰਿਭੁਜ ਕਿਹੜੇ ਨਿਯਮ ਨਾਲ ਸਰਬੰਸਮ ਹੋਣਗੇ। ਨਿਯਮ ਕਿਹੜੇ ਹੈ? ਐਂਗਲ ਸਾਈਡ ਐਂਗਲ, ਸਾਈਡ ਐਂਗਲ ਸਾਈਡ, ਰਾਈਟ ਹੈਂਡ ਸਾਈਡ, ਐਸ 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 ਮਤਲਬ ਸਾਈਡ ਸਾਈਡ ਸਾਈਡ, ਭੁਜਾ ਭੁਜਾ ਭੁਜਾ। ਹੁਣ ਤੁਸੀਂ ਮੈਨੂੰ ਦੱਸੋ, ਆ ਦੇਖੋ ਆ ਇੱਕ ਤ੍ਰਿਭੁਜ ਹੈ, ਅੱਧਾ ਹਿੱਸਾ ਇੱਧਰ ਐਵੇਂ ਦਾ ਨਾ, ਆ ਅੱਧਾ ਹਿੱਸਾ ਐਵੇਂ ਦਾ ਨਾ, ਮੈਂ ਵਿੱਚੋਂ ਕੈਂਚੀ ਨਾਲ ਕੱਟ ਲਿਆ ਤਾਂ ਦੋਵੇਂ ਏਦਾਂ ਦੀ ਸ਼ਕਲ ਦੇ ਬਣੇ ਹਨਾ। ਹੁਣ ਆ ਭੁਜਾ ਇਹ ਮਤਲਬ ਆ ਵੀ ਤਿੰਨ ਹੈ ਤਾਂ ਆ ਵੀ ਤਿੰਨ, ਮੰਨ ਲਓ ਆ ਚਾਰ ਹੈ ਤੇ ਆ ਵੀ ਚਾਰ ਹੈ, ਤੇ ਜਦੋਂ ਮੈਂ ਐਵੇਂ ਮੰਨ ਲਓ ਮੇਰਾ ਹੱਥ ਤੇ ਦੂਜਾ ਹੱਥ ਮੇਰਾ ਐਵੇਂ ਹੈ, ਆ ਤ੍ਰਿਭੁਜ ਨੂੰ ਜਦੋਂ ਮੈਂ ਇਹਦੇ ਉੱਪਰ ਲੈ ਕੇ ਆਉਂਗੀ ਤਾਂ ਆ ਵੀ ਇਹਦੇ ਉੱਪਰ ਆਊਗੀ, ਤੇ ਆ ਵੀ ਇਹਦੇ ਉੱਪਰ ਆਊਗੀ, ਤੇ ਆ ਜਿਹੜੀ ਆ ਲਾਈਨ ਹੈ ਉਹ ਇਹਦੇ ਉੱਪਰ ਆਜੂਗੀ, ਯਾਨੀ ਕਿ ਐਵੇਂ ਬਣ ਜੂਗੀ। ਮੰਨਦੇ ਹੋ ਇਸ ਗੱਲ ਨੂੰ? ਹੁਣ ਦੂਜੀ ਗੱਲ, ਆ ਤੇ ਆ ਦੋਵੇਂ ਬਰਾਬਰ ਹਨ, ਯਾਨੀ ਕਿ ਬਿਲਕੁਲ ਇੱਕ ਦੇ ਉੱਪਰ ਇੱਕ ਸੀ ਜਾਜੂਗੀ, ਕੋਈ ਵੱਡੀ ਛੋਟੀ ਨਹੀਂ ਹੋਗੀ, ਐਵੇਂ ਆ ਲਾਈਨ ਦੇ ਉੱਪਰ ਆ ਪੂਰੀ ਤਰ੍ਹਾਂ ਆਜੂਗੀ। ਤਾਂ ਫਿਰ ਇਹ ਆ ਵੀ ਭੁਜਾ ਹੈ ਕਿ ਕੋਣ ਹੈ? ਭੁਜਾ ਯਾਨੀ ਕਿ ਸਾਈਡ। ਆ ਭੁਜਾ ਕਿ ਕੋਣ ਹੈ? ਭੁਜਾ, ਕਿਉਂਕਿ ਇਹ ਵੀ ਸਾਈਡ 4 ਸੈਂਟੀਮੀਟਰ ਭੁਜਾ ਦਿੱਤੀ ਹੈ, ਕੋਣ ਡਿਗਰੀਆਂ ਚ ਦਿੱਤਾ ਹੁੰਦਾ ਹੈ ਭੁਜਾ ਸੈਂਟੀਮੀਟਰ। ਆ ਵੀ ਭੁਜਾ ਨਾ, ਤਾਂ ਤਿੰਨੋਂ ਕੀ ਹੈ? ਭੁਜਾ। ਤਾਂ ਫਿਰ ਕਿਹੜੇ ਨਿਯਮ ਨਾਲ ਸਰਬੰਸਮ ਹੋਗੀ? ਭੁਜਾ 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 ਐਸ ਐਸ ਐਸ। ਸਮਝ ਲੱਗ ਗਈ? ਪੱਕੀ ਗੱਲ ਹੈ? ਆ ਕੀਤਾ ਕਹਿੰਦਾ ਕੋਣ ਪੀ, ਇਹਦੇ ਵਿੱਚੋਂ ਕੋਣ ਪੀ ਆ ਲਾਈਨ ਮਾਰੀ ਹੋਈ ਹੈ ਆਪਣੀ ਸ਼ੀਟ ਤੇ ਵੀ ਦੇਖੋ। ਅੱਛਾ ਜਿਹੜੀ ਲਾਈਨ ਮਾਰੀ ਹੈ ਦੋਵੇਂ ਹਿੱਸਿਆਂ ਦੇ ਉੱਪਰ ਐਵੇਂ ਵੀ ਮਾਰਿਆ ਹੋਇਆ ਮਾਰਿਆ ਨਾ, ਇਸ ਲਾਈਨ ਦਾ ਜਿਹੜੀਆਂ ਐਵੇਂ ਕਰਕੇ ਐਵੇਂ ਲਾਈਨ ਮਾਰੀ ਹੋਈ ਹੈ, ਇਹਦਾ ਮਤਲਬ ਹੈ ਕਿ ਆ ਹਿੱਸਾ ਤੇ ਆ ਹਿੱਸਾ ਆਪਸ ਵਿੱਚ ਬਰਾਬਰ ਹੈ। ਜੇ ਆ 20 ਡਿਗਰੀ ਹੈ ਤਾਂ ਆ ਵੀ ਕਿੰਨਾ?
ਮੈਂ ਤੁਹਾਨੂੰ ਅੱਗੇ ਵੀ ਦੱਸਿਆ ਸੀ ਕਿ ਮੈਥ ਵਿੱਚ ਬਹੁਤ ਸਾਰੀਆਂ ਚੀਜ਼ਾਂ ਸ਼ਬਦਾਂ 'ਚ ਲਿਖਣ ਦੀ ਬਜਾਏ ਨਿਸ਼ਾਨਾਂ 'ਚ ਦਿਖਾ ਦਿੱਤੀਆਂ ਜਾਂਦੀਆਂ। ਜਿਵੇਂ ਹੁਣ ਦੂਜੀ ਗੱਲ ਆ, ਇਸ ਲਾਈਨ ਤੇ ਦੋ ਲਾਈਨਾਂ ਮਾਰੀਆਂ ਨਾ, ਇੱਧਰ ਵੀ ਦੋ ਲਾਈਨਾਂ ਮਾਰੀਆਂ, ਤੇ ਇਹਦਾ ਮਤਲਬ ਕਿ ਆਹ ਲਾਈਨ ਇਸ ਪੂਜਾ ਦੇ ਕੀ ਹੈ ਬਰਾਬਰ। ਇਹਨੂੰ ਸ਼ਬਦਾਂ 'ਚ ਉਹਨਾਂ ਨੇ ਲਿਖਿਆ ਵੀ ਹੈ, ਪਰ ਜੇ ਨਹੀਂ ਲਿਖਿਆ ਤਾਂ ਇਹ ਤੋਂ ਹੀ ਤੁਸੀਂ ਸਮਝ ਸਕਦੇ ਹੋ ਕਿ ਆਹ ਭੁਜਾਇੰਦੇ ਬਰਾਬਰ ਹੈ, ਕੋਣ ਦਾ ਆ ਅੱਧਾ ਹਿੱਸਾ ਦੂਜੇ ਤੇ ਹਿੱਸੇ ਦੇ ਬਰਾਬਰ ਹੈ। ਤਾਂ ਦੱਸੋ ਪੀ ਕਿਊ ਆਰ, ਪੀ ਆਰ ਐਸ ਯਾਨੀ ਕਿ ਆਹਲਾ ਅੱਧਾ ਕੌਣ, ਪੀ ਆਰ ਐਸ, ਤੇ ਇੱਧਰ ਲੱਗਦਾ ਕੌਣ, ਪੀ ਕਿਊ ਐਸ। ਕਹਿੰਦਾ ਕਿਹੜੇ ਨਿਯਮ ਨਾਲ ਸਰਬੰਧ ਸਮ? ਹੁਣ ਦੇਖੋ ਆਹ ਤੇ ਆਹ ਦੋਵੇਂ ਸੇਮ ਹੈ ਨਾ, ਇੱਕ ਦੇ ਉੱਪਰ ਸੇਮ ਹੈ ਅੱਧ ਸੇਮ, ਤੇ ਆਹ ਪੂਜਾ ਵੀ ਇਹਦੇ ਬਰਾਬਰ ਹੈ, ਆਹ ਕੋਣ ਵੀ ਇਹਦੇ ਬਰਾਬਰ। ਵੈਰੀ ਗੁੱਡ ਅਵਤਾਰ, ਦੋ ਪੂਜਾਵਾਂ ਬਰਾਬਰ ਹੋ ਗਈਆਂ ਤੇ ਕੀ ਹੋ ਗਿਆ ਕੋਣ। ਤਾਂ ਪੂਜਾ ਕੋਣ, ਪੂਜਾ ਸਾਈਡ ਐਂਗਲ, ਹਰੇ ਟਿਕ ਨਹੀਂ ਲਾਣਾ, ਧਿਆਨ ਨਾਲ ਸਮਝੋ, ਯਾਨੀ ਕਿ ਪੂਜਾ ਕੋਣ, ਪੂਜਾ ਇਹ ਨਿਯਮ ਲੱਗਦਾ ਪਿਆ। ਪਰ ਇੱਥੇ ਥੋੜਾ ਜਿਹਾ ਟਵਿਸਟ ਹੈ, ਕੀ ਗੱਲ ਹੈ ਇੱਥੇ ਕਿ ਜਿਹੜਾ ਆਹ ਕੋਣ 90 ਡਿਗਰੀ ਦਾ ਹੁੰਦਾ, ਜੇ ਆਹ ਕੋਣ 90 ਡਿਗਰੀ ਦਾ, ਇਸਦਾ ਮਤਲਬ ਆਹ ਪੂਜਾ ਪੂਜਾ ਦੇ ਬਰਾਬਰ, ਆਹ ਸਾਂਝੀ ਹੋ ਗਈ, ਤੇ ਆਹ ਦੋਵੇਂ ਇਹ ਵੀ ਕੋਣ ਕੀ ਹੋ ਗਿਆ ਬਰਾਬਰ। ਤਾਂ ਹੁਣ ਦੋ ਕੋਣ ਬਰਾਬਰ ਹੋ ਗਏ ਤੇ ਇੱਕ ਪੂਜਾ ਬਰਾਬਰ ਹੋ ਗਈ, ਤਾਂ ਫਿਰ ਇਹ ਕਿਹੜਾ ਲੱਗਿਆ, ਐਂਗਲ ਸਾਈਡ ਐਂਗਲ, ਯਾਨੀ ਕਿ ਆ ਰਿਹਾ ਕੋਣ ਪੂਜਾ ਕੋਣ। ਤਾਂ ਹੁਣ ਇਹਦੇ ਚ ਬੀ ਤੇ ਸੀ ਦੋਵੇਂ ਆਪਸ਼ਨ ਸਹੀ ਹੈ, ਤਾਂ ਇਸਦਾ ਮਤਲਬ ਅਸਲੀ ਆਂਸਰ ਕਿਹੜਾ ਹੋਊਗਾ, ਦੋਵੇਂ ਬੀ ਅਤੇ ਸਮਾਂ ਲੱਗ ਗਈ, ਆਪਸ਼ਨ ਨੰਬਰ ਡੀ ਦੋਵੇਂ ਬੀ ਅਤੇ ਸੀ ਸਮਾਂ ਲੱਗ ਗਈ। ਤੀਜਾ ਕੁਸ਼ਚਨ ਦੇਖੋ, ਤ੍ਰਿਭੁਜ ਏ ਬੀ ਸੀ ਆਪਾਂ ਬਣਾਉਂਦੇ ਹਾਂ, ਏ ਬੀ ਸੀ ਐਫ ਡੀ ਈ ਐਫ ਡੀ ਈ। ਹੁਣ ਮੈਂ ਜੇ ਉੱਪਰ ਏ ਲਿਖਿਆ ਤਾਂ ਐਫ ਈ ਉੱਪਰ ਕਿਉਂ ਲਿਖਿਆ? ਇੱਥੇ ਉਹਨਾਂ ਨੇ ਕਿਹਾ ਏ ਬੀ ਸੀ ਐਫ ਡੀ ਈ ਦੇ ਸਰਬੰਧ ਸਮ, ਮਤਲਬ ਏ ਬੀ ਐਫ ਦੇ ਬਰਾਬਰ ਹੈ, ਬੀ ਡੀ ਦੇ ਬਰਾਬਰ ਹੈ, ਸੀ ਦੇ ਡੀ ਬਰਾਬਰ ਹੈ, ਜਿਹੜੇ ਨੰਬਰ ਤੇ ਜਿਹੜੀ ਲਿਖੀ ਹੈ ਦੂਜੇ ਪਾਸੇ ਉਹੀ ਨੰਬਰ ਤੇ ਜੋ ਲਿਖਿਆ ਉਹ ਆਪਸ ਚ ਕੀ ਹੈ ਬਰਾਬਰ। ਇਸ ਕਰਕੇ ਜੇ ਮੈਂ ਏ ਉੱਪਰ ਲਿਖਿਆ ਤਾਂ ਐਫ ਵੀ ਕੀ ਲਿਖਿਆ ਉੱਪਰ, ਬੀ ਦੂਜੇ ਨੰਬਰ ਤੇ ਇੱਧਰ ਲਿਖਿਆ ਤਾਂ ਡੀ ਦੂਜੇ ਨੰਬਰ ਤੇ। ਹੁਣ ਏ ਬੀ ਕਿੰਨਾ ਕਹਿੰਦਾ 5 ਸੈਂਟੀਮੀਟਰ, ਇਹ 5 ਹੈ ਨਾ, ਤਾਂ ਇਸਦਾ ਮਤਲਬ ਐਫ ਡੀ ਵੀ ਕੀ ਹੋ ਗਈ 5। ਬੀ 40 ਡਿਗਰੀ ਹੈ ਤਾਂ ਬੀ ਦੇ ਹਿਸਾਬ ਨਾਲ ਕਿਹੜਾ 40 ਡਿਗਰੀ ਹੋ ਗਿਆ, ਡੀ ਕੋਣ 40, ਏ 80 ਹੈ ਤਾਂ ਐਫ ਵੀ ਕਿੰਨਾ ਹੋ ਗਿਆ 80। ਹੁਣ ਕਹਿੰਦਾ ਇਹਨਾਂ ਵਿੱਚੋਂ ਕਿਹੜਾ ਕਦਮ ਸਹੀ ਹੈ, ਡੀ ਐਫ 5 ਹੈ ਆਪਣੀ, ਡੀ ਐਫ 5 ਸੈਂਟੀਮੀਟਰ ਹੈਗੀ ਹੈ, ਯਾਨੀ ਕਿ ਆਹ ਸਹੀ ਹੈ, ਇੱਥੇ ਵੀ ਡੀ ਐਫ 5 ਸੈਂਟੀਮੀਟਰ ਹੈ, ਆਹ ਵੀ ਸਹੀ ਹੋ ਸਕਦੀ ਹੈ, ਡੀ ਈ 5 ਸੈਂਟੀਮੀਟਰ ਹੈਗੀ ਹੈ, ਨਹੀਂ ਕਹਿੰਦੇ ਆਪਸ਼ਨ ਗਲਤ ਹੋ ਗਿਆ, ਡੀ ਈ 5 ਨਹੀਂ ਹੈ, ਆਹ ਆਪਸ਼ਨ ਸਹੀ ਜਵਾਬ ਬੀ। ਪਰ ਹੁਣ ਇੱਥੇ ਈ 60 ਡਿਗਰੀ ਕਿਹਾ, ਕਿਵੇਂ ਆਪਾਂ 60 ਡਿਗਰੀ ਕਹਿ ਸਕਦੇ ਹਾਂ,
ਆ ਤ੍ਰਿਭੂ ਦੇ ਤਿੰਨਾਂ ਕੋਨਾਂ ਦਾ ਜੋੜ ਕਿੰਨੇ ਡਿਗਰੀ ਹੁੰਦਾ? 180 180 ਚੋਂ ਦੋ ਕੋਨ ਦਿੱਤੇ ਆ, ਕਿੰਨਾ ਟੋਟਲ ਹੋ ਗਿਆ? 180 ਜਿਹੜੇ ਨਵੇਂ ਸੀ, ਹੁਣ ਚੌਥੇ ਦੇ ਸਾਰੇ ਪਿਛਲੇ ਕੁਐਸਚਨਾਂ ਚ 12 ਸ਼ੀਟਾਂ ਚ ਜੋ ਆਪਾਂ ਕੀਤਾ ਉਹੀ ਰਿਵਾਈਜ਼ ਹੋਣੇ, ਠੀਕ ਹੈ? ਜਿਸ ਕਰਕੇ ਤੁਸੀਂ ਨਾਲ ਦੀ ਨਾਲ ਜਵਾਬ ਦੇਣੇ ਜਿਹਨੂੰ ਮੈਂ ਪੁੱਛੂਗੀ। ਐਕਸ ਪਲੱਸ 1/7 ਦਾ ਜਵਾਬ 7 ਹੈ, ਐਕਸ ਦੀ ਘਾਤ 3 ਪਲੱਸ 1/7 ਐਕਸ ਦੀ ਘਾਤ 3 ਦਾ ਜਵਾਬ ਲੱਭਣ ਹੈ। ਇਹ ਦੂਜੇ ਅਧਿਆਇ ਚ ਫਾਰਮੂਲਾ ਹੁੰਦਾ ਐਕਸ ਪਲੱਸ 1/ਐਕਸ ਦੀ ਘਾਤ 3 ਦਾ। ਕੀ ਫਾਰਮੂਲਾ? ਏ ਪਲੱਸ ਬੀ ਦੀ ਘਾਤ 3 ਦਾ ਫਾਰਮੂਲਾ ਹੁੰਦਾ ਹੈ ਏ ਦੀ ਘਾਤ 3। ਜਿਵੇਂ 2 ਲਈ ਆਪਾਂ ਕੀਤਾ ਸੀ ਨਾ, ਉਵੇਂ 3 ਲਈ ਹੁੰਦਾ ਹੈ ਏ ਦੀ ਘਾਤ 3 ਪਲੱਸ ਬੀ ਦੀ ਘਾਤ 3 ਪਲੱਸ 3 ਏ ਬੀ ਏ ਪਲੱਸ ਬੀ ਆਊਟ। ਹੁਣ ਇੱਥੇ ਏ ਦੀ ਜਗ੍ਹਾ ਕਿੰਨਾ ਲਿਖਣਾ ਹੈ? ਬੀ ਦੀ ਜਗ੍ਹਾ ਭਰਨ ਲੱਗੀ ਹੈ, ਯਾਨੀ ਕਿ ਐਕਸ ਦੀ ਘਾਤ 3 ਤੇ ਪਲੱਸ ਬੀ ਦੀ ਜਗ੍ਹਾ 1/ਐਕਸ ਦੀ ਘਾਤ 3 ਪਲੱਸ 3 ਏ ਕਿੰਨਾ ਐਕਸ, ਬੀ ਕਿੰਨਾ 1/ਐਕਸ, ਬ੍ਰੈਕਟ ਚ ਐਕਸ ਪਲੱਸ 1/ ਕਿਸੇ ਨੂੰ ਕੋਈ ਪ੍ਰੋਬਲਮ? ਹੁਣ ਆਹ ਐਕਸ ਪਲੱਸ 1/ਐਕਸ ਦਾ ਮੁੱਲ ਕਿੰਨਾ ਦਿੱਤਾ? 7 ਦੇ ਸਿਰ ਤੇ ਕਿੰਨਾ ਹੋਊਗਾ? ਆਹ ਆਪਾਂ ਕੱਢਣਾ ਹੈ ਨਾ, ਤੇ ਇਹਨੂੰ ਉਵੇਂ ਦਾ ਉਵੇਂ ਲਿਖ ਲਿਆ। ਹੁਣ ਆ ਪਲੱਸ ਆ ਐਕਸ ਤੇ ਐਕਸ ਕੱਟੇ ਗਏ 3 ਉਵੇਂ, ਬ੍ਰੈਕਟ ਫੇਰ ਐਕਸ ਪਲੱਸ 1/ਐਕਸ ਆ ਗਿਆ ਤਾਂ ਉਹਦਾ ਮੁੱਲ 7 ਆਈ। ਹੁਣ 7 ਦੀ ਘਾਤ 3 ਇਹਦਾ ਮਤਲਬ ਕੀ ਹੋਇਆ? 7 ਨੂੰ ਕਿੰਨੀ ਵਾਰ ਦੇਖਣਾ? 3 ਠੀਕ ਹੈ ਜੀ। 49 ਨੂੰ ਅੱਗੇ 7 ਨਾਲ ਗੁਣਾ ਕੀਤਾ ਕਿੰਨਾ ਹੋਗਾ? 343। ਮੈਨੂੰ ਯਾਦ ਹੈ ਇਸ ਦਾ। ਹੁਣ ਆ ਗਿਆ ਜੀ ਇੱਥੇ ਆਪਣਾ ਜਵਾਬ ਆ ਗਿਆ 343। 343 ਬਰਾਬਰ ਐਕਸ ਕਿਊਬ ਪਲੱਸ 1/ਐਕਸ ਕਿਊਬ ਹੋਵੇ, ਆ ਕਿੰਨਾ ਹੋ ਗਿਆ? 21। ਹੁਣ ਆ 21 ਦੂਜੇ ਪਾਸੇ ਕਿੱਥੇ ਜਾਊਗਾ? ਨਿਸ਼ਾਨ ਬਦਲ ਕੇ। ਨਿਸ਼ਾਨ ਬਦਲ ਕੇ ਮੈਂ ਬਾਰ ਬਾਰ ਕਹਿੰਦੀ ਹਾਂ, ਗੁਨੂਰ ਬੇਟਾ ਥੱਲੇ ਉਦੋਂ ਜਾਣਾ ਸੀ ਜੇ ਕੱਲਾ 21 ਹੁੰਦਾ। ਜਦੋਂ ਕੱਲੀ 1 ਰਕਮ ਹੁੰਦੀ ਆ ਉਦੋਂ ਥੱਲੇ ਜਾਂਦੀ। ਹੁਣ ਇੱਥੇ ਤਾਂ ਆ 3 ਰਕਮਾਂ ਨੇ ਟੋਟਲ, 1 ਰਕਮ ਆ, ਦੂਜੀ ਆ, ਤੀਜੀ ਆ, ਤਾਂ ਉਦੋਂ ਦੂਜੇ ਪਾਸੇ ਉਹਨੇ ਸਾਈਨ ਬਦਲ ਕੇ ਜਾਣਾ, ਯਾਨੀ ਕਿ 343 ਤੇ 21 ਕਿਹੜਾ ਸਾਈਨ ਆਊਗਾ? ਮਾਈਨਸ। ਹੁਣ 343 ਚ 21 ਨੂੰ ਕੀ ਕਰਨਾ? ਮਾਈਨਸ ਕਿੰਨਾ ਆਊਗਾ? 322 ਆਉਂਦਾ। ਤਾਂ ਜਵਾਬ ਕਿਹੜਾ ਆ ਗਿਆ ਆਪਣਾ? ਬੀ ਆਪਸ਼ਨ। ਸਮਝ ਲੱਗ ਗਈ? ਇਹ ਨੰਬਰ 13 ਦੇ ਕੱਲ ਆਪਾਂ ਪਹਿਲੇ 4 ਸਵਾਲ ਕੀਤੇ ਸੀ, ਅੱਜ ਆਪਾਂ 5ਵੇਂ ਸਵਾਲ ਤੋਂ ਕਰਨਾ। ਹੁਣ ਆਪਾਂ ਅੱਜ 5ਵਾਂ ਕੁਐਸਚਨ ਕਰਨ ਲੱਗੇ ਹਾਂ। 5ਵੇਂ ਕੁਐਸਚਨ ਚ ਕੀ ਹੈ? 3x-2y ਦੀ ਬ੍ਰੈਕਟ ਦੀ ਪਾਵਰ ਕਿੰਨੀ ਹੈ? 2 -2y-5x ਦੀ ਪਾਵਰ ਕਿੰਨੀ ਹੈ? 2 ਹੁਣ ਸਾਰਿਆਂ ਨੂੰ 8ਵੀਂ ਕਲਾਸ ਚ ਆਪਾਂ ਇੱਕ ਫਾਰਮੂਲਾ ਕੀਤਾ ਸੀ a-b ਦੀ ਪਾਵਰ 2 ਕੀ ਸੀਗਾ? a ਦੀ ਪਾਵਰ 2 ਪਲੱਸ b ਦੀ ਪਾਵਰ 2 -2a -2a ਇਹ ਕੀਤਾ ਸੀ ਨਾ।
ਇਹੀ ਇਹ ਦੋਵਾਂ ਤੇ ਲੱਗੂਗਾ ਕਿਉਂ ਕਿਉਂਕਿ ਇੱਥੇ ਬ੍ਰੈਕਟ ਦੀ ਪਾਵਰ ਕਿੰਨੀ ਹੈ ਦੋ ਤੇ ਵਿੱਚ ਸਾਈਨ ਮਾਈਨਸ ਦਾ ਇਸ ਕਰਕੇ ਫਾਰਮੂਲਾ ਹੁਣ 3x ਮਾਈਨਸ 2y ਦੀ ਪਾਵਰ ਇੱਥੇ ਕਰਦੇ ਹਾਂ ਯਾਨੀ ਕਿ ਪਹਿਲੇ ਦੀ ਪਾਵਰ 2 3x ਦੀ ਪਾਵਰ 2 ਕਿੰਨਾ ਹੋਇਆ ਠੀਕ ਹੈ ਪਲੱਸ 2y ਦੀ ਪਾਵਰ 2 ਮਾਈਨਸ 2 ਗੁਣਾ 3x ਗੁਣਾ 2y ਸਾਰਿਆਂ ਨੂੰ ਕਲੀਅਰ ਹੈ ਇਹ ਪਹਿਲੀ ਬ੍ਰੈਕਟ ਦੀ ਆਪਾਂ ਹੱਲ ਕਰਦੇ ਹਾਂ ਉਸ ਤੋਂ ਬਾਅਦ ਫਿਰ ਮਾਈਨਸ ਹੈ ਫਿਰ ਦੂਜੀ ਬ੍ਰੈਕਟ ਨੂੰ ਹੱਲ ਕਰਦੇ ਹਾਂ ਦੂਜੀ ਬ੍ਰੈਕਟ ਵੀ ਹੋਈ 2y ਦੀ ਪਾਵਰ 2 ਪਲੱਸ 5x ਦੀ ਪਾਵਰ 2 ਮਾਈਨਸ 2 ਗੁਣਾ 2y ਗੁਣਾ 5x ਠੀਕ ਹੈ ਜੀ ਹੁਣ ਉਸ ਤੋਂ ਬਾਅਦ 3x ਦੀ ਪਾਵਰ 2 ਕਿੰਨਾ ਹੁੰਦਾ ਹੈ 9x 9x ਦੀ ਪਾਵਰ 2 3 ਦੀ ਪਾਵਰ 2 ਦਾ ਟੇਬਲ ਪੜ੍ਹ ਲਿਆ ਆਪਾਂ ਪੜ੍ਹਨਾ ਪਰ x ਨੂੰ ਜਦੋਂ ਆਪਾਂ ਭਾਰ ਪੜ੍ਹਨਾ ਨੇ ਇਸ ਕਰਕੇ ਉਹਦੇ ਸਿਰ ਤੇ 2 ਹੋਵੇ ਅੱਗੇ 2y ਦੀ ਘਾਤ 2 ਕਿੰਨਾ ਆਇਆ 4 ਉਹ ਤੁਸੀਂ ਦੱਸੋ ਇਹ ਦੋਵਾਂ ਨੂੰ
ਕੀ ਕਰੀਏ ਜੋੜ ਘਟਾਓ ਗੁਣਾ ਭਾਗ ਵਿੱਚ ਕਿ ਪੀ ਆਰ ਆ ਜਾਵੇ ਪੀ ਆਰ ਮੈਂ ਹੀ ਪਲੱਸ ਕਰਨਾ ਹੀ ਇਹਨਾਂ ਨੂੰ ਜੇ ਪਲੱਸ ਕਰਾਂਗੇ ਗੁਰਨੂਰ ਫਿਰ ਤਾਂ ਪੀ ਪਲੱਸ ਆ ਨਹੀਂ ਆਊਗਾ ਦੂਜੀ ਰਕਮ ਭਾਗ ਕਰੀਏ ਤਾਂ ਆਪਾਂ ਬੜੀਆਂ ਦੀ ਭਾਗ ਸਿੱਖੀ ਸੀ ਨਾ ਕਿ ਇਹ ਗੁਣਾ ਬਣ ਜਾਂਦਾ ਤੇ ਪਿਛਲੀ ਰਕਮ ਕੀ ਬਣ ਜਾਂਦੀ ਹੈ ਉਲਟ ਫਿਰ ਇਹ ਤਾਂ ਐਸ ਵਟੇ ਆ ਰਹਾ ਇਹਨਾਂ ਸੀ ਪੀ ਤੇ ਐਸ ਆ ਜਾਂਦਾ ਸੀ ਆਪਾਂ ਨੂੰ ਪੀ ਆਰ ਚਾਹੀਦਾ ਕਿ ਯਾਨੀ ਕਿ ਐਵੇਂ ਦੇ ਐਵੇਂ ਦੋਵਾਂ ਨੂੰ ਕੀ ਕਰ ਦੋ ਤੇ ਇਹ ਸੱਜੇ ਪਾਸੇ ਨੂੰ ਸੱਜੇ ਪਾਸੇ ਨਾਲ ਖੱਬੇ ਪਾਸੇ ਨੂੰ ਖੱਬੇ ਪਾਸੇ ਨਾਲ ਯਾਨੀ ਕਿ ਪੀ ਵਟੇ ਕਿਉਂ ਗੁਣਾ ਆ ਤੇ ਐਸ ਵੀ ਵਾਲਾ ਤਰੀਕਾ ਨਾਲ ਪਲੱਸ ਵਟੇ ਨਾਲ ਜੋੜ ਘਟਾਓ ਚ ਲੱਗਦਾ ਇਹ ਸਿੱਧਾ ਗੁਣਾ ਸੱਜੇ ਨੂੰ ਸੱਜੇ ਨਾਲ ਕਰਤਾ ਖੱਬੇ ਨੂੰ ਖੱਬੇ ਨਾਲ ਚਾਰ ਵਟੇ ਸੱਤ ਗੁਣਾ ਸੱਤ ਵਟੇ ਉੱਪਰਲੇ ਉੱਪਰਲੇ ਨਾਲ ਥੱਲੜੇ ਨੂੰ ਜਾਂ ਪਹਾੜਿਆਂ ਤੇ ਕੱਟ ਦੋ ਕਿਹੜੇ ਪਹਾੜੇ ਤੇ ਕੱਟਿਆ ਉੱਪਰੋਂ ਥੱਲੇ ਸੱਤ ਏਕਮ ਸੱਤ ਸੱਤ ਏਕਮ ਸੱਤ ਇੱਧਰ ਚਾਰ ਵਟੇ ਨੌ ਆ ਗਿਆ ਤੇ ਇੱਧਰ ਪੀ ਤੇ ਆਰ ਨੂੰ ਗੁਣੋ ਕਿਤੇ ਪਹਾੜੇ ਦੇ ਗੁਣੇ ਨੀ ਹੁੰਦੇ ਓਵੇਂ ਨੌਵੇਂ ਲਿਖਤਾ ਪੀ ਆਰ ਵਟੇ ਯਾਨੀ ਕਿ ਆਪਣਾ ਜਵਾਬ ਆ ਗਿਆ ਪੀ ਆਰ ਅਨੁਪਾਤ ਕਿਊਜ਼ ਬਰਾਬਰ ਚਾਰ ਅਨੁਪਾਤ ਨੌ ਦੇਖੋ ਕਿਹਦੀ ਆਪਸ਼ਨ ਸਮਝ ਲੱਗ ਗਈ ਪਲੱਸ ਇੱਕ ਵਟੇ ਐਕਸ ਦਾ ਜਵਾਬ ਦੋ ਹੈ ਉਹ ਕਹਿੰਦਾ ਐਕਸ ਦੀ ਘਾਤ 200 ਪਲੱਸ ਇੱਕ ਵਟੇ ਐਕਸ ਦੀ ਘਾਤ 200 ਦਾ ਜਵਾਬ ਲੱਭੋ ਆ ਸਾਡੇ ਕੋਲ ਆਪਾਂ ਹੁਣੇ ਏ ਪਲੱਸ ਬੀ ਦੀ ਘਾਤ 2 ਦਾ ਫਾਰਮੂਲਾ ਕੀਤਾ ਹੈ ਏ ਸਕੁਅਰ ਪਲੱਸ ਬੀ ਸਕੁਅਰ ਪਲੱਸ 2 ਏ ਬੀ ਕੀਤਾ ਸੀ ਨਾ ਹੁਣ ਏ ਦੀ ਜਗ੍ਹਾ ਐਕਸ ਹੈ ਏ ਦੀ ਜਗ੍ਹਾ ਐਕਸ ਬੀ ਦੀ ਜਗ੍ਹਾ ਇੱਕ ਵਟੇ ਐਕਸ ਇੱਥੇ ਵੀ ਐਕਸ ਸਕੁਅਰ ਪਲੱਸ ਇੱਕ ਵਟੇ ਐਕਸ ਸਕੁਅਰ ਪਲੱਸ 2 ਐਕਸ ਗੁਣਾ ਇੱਕ ਵਟੇ ਐਕਸ ਆਈ ਹੈ ਐਕਸ ਐਕਸ ਕੱਟੇ ਗਏ ਇੱਥੇ ਕਿੰਨਾ ਹੈ 2 ਦੀ ਘਾਤ 2 ਐਕਸ ਪਲੱਸ ਇੱਕ ਵਟੇ ਐਕਸ ਦਾ ਮੁੱਲ ਕਿੰਨਾ ਹੈ 2 ਉਹਦੀ ਘਾਤ ਆ ਗਈ ਆਪਣੇ ਕੋਲ 2 ਤੇ ਆ ਐਕਸ ਸਕੁਅਰ ਪਲੱਸ ਇੱਕ ਵਟੇ ਐਕਸ ਸਕੁਅਰ ਹੋਵੇ ਆ ਕਿੰਨਾ ਰਹਿ ਗਿਆ 2 2 ਦੀ ਘਾਤ 2 ਕਿੰਨਾ ਆਇਆ 4 ਤੇ 2 ਇੱਧਰ ਆਊਗਾ ਮਾਈਨਸ ਚ ਤਾਂ ਐਕਸ ਸਕੁਅਰ ਪਲੱਸ 1 ਵਟੇ ਐਕਸ ਸਕੁਅਰ ਦਾ ਮੁੱਲ ਕਿੰਨਾ ਆਇਆ 2 ਯਾਨੀ ਕਿ ਜਦੋਂ ਐਕਸ ਪਲੱਸ 1 ਵਟੇ ਐਕਸ ਸੀ ਤਾਂ ਵੀ ਜਵਾਬ 2 ਸੀ ਜਦੋਂ ਸਿਰ ਤੇ ਘਾਤ 2 ਹੋ ਗਈ ਤਾਂ ਵੀ ਜਵਾਬ 2 ਹੈ ਐ ਵੀ ਜੇ ਸਿਰ ਤੇ ਘਾਤ 4 ਹੋ ਜੂਗੀ ਤਾਂ ਵੀ ਜਵਾਬ 2 ਹੀ ਆਊਗਾ ਜੇ ਸਿਰ ਤੇ ਘਾਤ 6 ਹੋ ਜੂਗੀ ਤਾਂ ਵੀ ਜਵਾਬ 2 ਹੀ ਤਾਂ ਐਵੇਂ ਜੇ ਸਿਰ ਤੇ ਜਿੰਨੀ ਮਰਜ਼ੀ ਘਾਤ ਹੋਵੇ ਜਵਾਬ ਕਿੰਨਾ ਨਾ 2 8 ਦੇ ਸਾਰੇ ਗੁਣਨਖੰਡਾਂ ਦੇ ਉਲਟ ਕ੍ਰਮਾਂ ਦਾ ਜੋੜ ਡੈਸ਼ ਹੋਵੇਗਾ ਪਹਿਲਾਂ ਗੁਣਨਖੰਡ 8 ਦੇ ਮਤਲਬ 8 ਕਿਹੜੇ ਕਿਹੜੇ ਪਹਾੜੇ ਤੇ ਜਾਂਦਾ ਦੱਸੋ 2 ਤੇ 2 ਤੇ 4 ਤੇ 4 ਤੇ 8 ਤੇ 8 ਤੇ 2 ਤੇ ਵੀ ਜਾਂਦਾ 4 ਤੇ ਵੀ ਜਾਂਦਾ 8 ਤੇ ਵੀ ਜਾਂਦਾ ਇੱਕ ਰਹਿ ਗਿਆ ਜੇ ਇੱਕ ਵੈਰੀ ਗੁੱਡ ਇੱਕ ਦੇ ਪਹਾੜੇ ਤੇ ਸਾਰੀਆਂ ਰਕਮਾਂ ਜਾਂਦੀਆਂ ਇਸ ਕਰਕੇ ਇੱਕ ਜੋ ਗੁਣਨਖੰਡ ਫੈਕਟਰਸ ਦੀ ਗੱਲ ਆਉਂਦੀ ਉਹ ਇੱਕ ਚਾਹੀਦਾ ਤੇ 2 4 8 ਹੁਣ ਗੁਣਨਖੰਡ ਲੱਭ ਲਏ ਉਹਨਾਂ ਨੇ ਕੀ ਕਿਹਾ ਉਲਟ ਕਰ ਤਾਂ 2 ਦਾ ਉਲਟ ਕਿੰਨਾ ਹੋ ਗਿਆ ਮੰਨ ਲਓ ਉਲਟ ਕਰਾਂਗੇ ਆਪਾਂ ਕੀ ਕਰਦੇ ਹੁੰਦੇ ਆ ਪੁੱਠਾ ਇੰਨੇ ਰਕਮ ਦਾ ਪੁੱਠਾ ਕਿਵੇਂ ਕਰਾਂਗੇ 1/2 ਹਾਂ 1/2 ਥੱਲੇ ਕੀ ਲਾ ਲਾਂਗੇ ਸਾਰਿਆਂ ਦੇ 1 ਤਾਂ ਫਿਰ ਇੱਕ ਇਹ ਪਹਿਲੀ ਰਕਮ ਦਾ ਉਲਟ 1/2 ਹਾਂਜੀ ਦੂਜੀ ਰਕਮ ਦਾ ਉਲਟ 4
ਚਾਰਾ ਤਰੀਕਾ ਸੀ ਪਰ ਚਾਰਾ ਤੇ ਇਕੱਠੇ ਨਹੀਂ ਲੱਗਦਾ ਦੋ ਦੋ ਤੇ ਹਾਂਜੀ ਪਹਿਲਾਂ ਆ ਗਵਾ ਤੇ ਤਿੱਤਲੀ ਵਾਲਾ ਲਾਈਏ ਹਾਂਜੀ ਤੇ ਇਧਰੋਂ ਆ ਗਵਾ ਦੇ ਲਾ ਦਿੰਦੇ ਆ ਦੋਵਾਂ ਦਾ ਅਲੱਗ ਅਲੱਗ ਤਿੱਤਲੀ ਵਾਲਾ ਤਰੀਕਾ ਲਾ ਕੇ ਜਿਹੜਾ ਜਵਾਬ ਆਊਗਾ ਉਹਨਾਂ ਦਾ ਅੱਗੇ ਫਿਰ ਤਿੱਤਲੀ ਵਾਲਾ ਤਰੀਕਾ ਲਗਾਊਗਾ ਹਾਂਜੀ ਹੁਣ ਆ ਕਿੰਨਾ ਗਵਾ ਚਾਰ ਦੋ ਦੋ ਛੇ ਅੱਠ ਅੱਠ ਵੈਰੀ ਗੁੱਡ ਇੱਥੇ ਦੱਸੋ ਕਿੰਨਾ ਹੋਇਆ ਇੱਕ ਅੱਠ 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 ਆ ਕਿੰਨਾ ਬਣਿਆ जवाब कि ਆਪਸ਼ਨ ਨੰਬਰ ਕਿੰਨੀ ਹੈ ਸੀ ਸੀ ਆਪਸ਼ਨ 15 ਵਾਲੇ